ਜਾਬ ਨੂੰ ਦਹਿਲਾਨ ਦੀ ਸਾਜ਼ਿਸ਼ ناکਾਮ ਹੋਈ ਹੈ ਇੱਕ ਬੰਬ ਮਿਲਿਆ ਤਰਨਤਾਰਨ ਦੇ ਵਿੱਚ ਤਰਨਤਾਰਨ ਦੇ ਕਸਬਾ ਭੀਖੀਵੰਦ ਦੇ ਵਿੱਚ ਇੱਕ ਬੰਬ ਮਿਲਣ ਦੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਸ ਥਾਂ ਦਾ ਚੱਲਾਂਗੇ ਜਿੱਥੇ ਕਿ ਬੰਬ ਮਿਲਣ ਦੀ ਪੁਸ਼ਟੀ ਹੋ ਚੁੱਕੀ ਹੈ ਫਿਲਹਾਲ ਸੂਤਰ ਦੱਸਦੇ ਨੇ ਕਿ ਪੁਸ਼ਟੀ ਹੋ ਚੁੱਕੀ ਹੈ ਬੰਬ ਹੀ ਸੀ ਜੋ ਅੱਜ ਸਵੇਰੇ ਮਿਲਿਆ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਇਸ ਵੇਲੇ ਤੁਸੀਂ ਵੀ ਵੇਖ ਸਕਦੇ ਹੋ ਖੱਡਾ ਪੁੱਟਿਆ ਗਿਆ ਜਿੱਥੇ ਵਿੱਚ ਅੰਦਰ ਬੰਬ ਪਿਆ ਹੈ ਬੰਬ ਦੀ ਫਿਲਹਾਲ ਪੁਸ਼ਟੀ ਇਸ ਪਿੰਡ ਦੇ ਹੀ ਰਹਿਣ ਵਾਲੇ ਇੱਕ ਸਾਫਕਾ ਫੌਜੀ ਦੇ ਵੱਲੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਬੰਬਸਕਵੈਡ ਸੱਦ ਲਿਆ ਗਿਆ ਪੁਲਿਸ ਟੀਮਾਂ ਸੱਦ ਲਏ ਗਈਆਂ ਨੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ ਗਿਆ ਤੇ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਹੋ ਕਿ ਬੰਬ ਜੋ ਮਿਲਿਆ ਹੈ ਪੰਜਾਬ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਖੇਮਕਰਨ ਰੋਡ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਬੰਬ ਮਿਲਿਆ ਖੇਮਕਰਨ ਰੋਡ ਦੇ ਉੱਤੇ ਪਿੱਖੀਪਿੰਡ ਵਿੱਚ ਖੇਮਕਰਨ ਰੋਡ ਤੇ ਇੱਕ ਪੈਟਰੋਲ ਪੰਪ ਹੈ ਉਸ ਦੇ ਨਜ਼ਦੀਕ ਇਹ ਬੰਬ ਮਿਲਣ ਦੀ ਖਬਰ ਸਾਹਮਣੇ ਆਈ ਹੈ ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਖੇਮਕਰਨ ਰੋਡ ਸੜਕ ਦੇ ਕਿਨਾਰੇ ਪਾਈਪਲਾਈਨ ਵਿਛਾਈ ਜਾ ਰਹੀ ਸੀ ਕਿਸੇ ਦੌਰਾਨ ਜਦੋਂ ਪਾਈਪਲਾਈਨ ਵਿਛਾਉਣ ਦੇ ਲਈ ਖੱਡਾ ਪੁੱਟਿਆ ਗਿਆ ਤਾਂ ਖੱਡੇ ਦੇ ਅੰਦਰੋਂ ਇੱਕ ਬੰਬ ਨੁਮਾ ਚੀਜ਼ ਮਿਲਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਪਾਈ ਜਾਂਦੀ ਹੈ ਮੌਕੇ ਤੇ ਇੱਕ ਸਾਬਕਾ ਫੌਜੀ ਨੂੰ ਸਾਥ ਲਿਆ ਜਾਂਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਖਰ ਇਹ ਚੀਜ਼ ਹੈ ਕੀ ਸਾਬਕਾ ਫੌਜੀ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇਹ ਬੰਬ ਹੀ ਹੈ ਬੰਬ ਪੁੱਦੀ ਖਾਪਰ ਮਿਲਦੇ ਸਾਰ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਜਾਂਦਾ ਹੈ ਪੰਜਾਬ ਪੁਲਿਸ ਨੂੰ ਮੌਕੇ ਤੇ ਸੱਦਿਆ ਜਾਂਦਾ ਹੈ ਨਹੀਂ ਨਹੀਂ ਬੰਬਸਕਾਟ ਦੀ ਟੀਮ ਵੀ ਮੌਕੇ ਤੇ ਸੱਦ ਲਈ ਗਈ ਹੈ ਤਾਂ ਜੋ ਇਸ ਬੰਬ ਦੇ ਬਲਾਸਟ ਹੋਣ ਤੋਂ ਪਹਿਲਾਂ ਹੀ ਇਸ ਨੂੰ ਕਾਬੂ ਕਹਿ ਸਕਦੇ ਹੋ ਕਿ ਕਾਬੂ ਕੀਤਾ ਇਸ ਨੂੰ ਜ਼ਬਤ ਕਰ ਲਿਆ ਜਾਵੇ ਤਾਂ ਵੱਡੀ ਅਪਡੇਟ ਤਵਾਡੀ ਅਪਡੇਟ ਤੁਹਾਨੂੰ ਦੱਸ ਰਿਹਾ ਇਸ ਵੇਲੇ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਰਨਤਾਰਨ ਤੋਂ ਖਬਰ ਸਾਹਮਣੇ ਆ ਰਹੀ ਹੈ ਇਸੇ ਮੁਸਕਾਰ ਖੋਰ ਵੱਡੀ ਅਪਡੇਟ ਆਈ ਹੈ ਕਿ ਬੰਬ ਮਿਲਣ ਤੋਂ ਬਾਅਦ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਵੱਡੀ ਅਪਡੇਟ ਹੈ ਕਿ ਤਰਨਤਾਰ ਦੇ ਕੈਂਪ ਕਰਨ ਦੇ ਵਿੱਚੋਂ ਬੰਬ ਨੂੰ ਮਾ ਚੀਜ਼ ਮਿਲੀ ਹੈ ਪਿੱਖੀਵੰਡ ਮਾਫ ਕਰਨਾ ਪਿੱਖੀਵੰਡ ਚ ਬੰਬ ਨੂੰ ਮਾ ਚੀਜ਼ ਮਿਲੀ ਸੀ ਬੰਬ ਦੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਇੱਕ ਸਾਬਕਾ ਫੌਜੀ ਦੇ ਵੱਲੋਂ ਪਿੰਡ ਦੇ ਸਾਬਕਾ ਫੌਜੀ ਦੇ ਵੱਲੋਂ ਪੁਸ਼ਟੀ ਕੀਤੀ ਗਈ ਪਰ ਫਿਲਹਾਲ ਤਸਵੀਰਤਾਂ ਨੂੰ ਦਿਖਾ ਰਹੇ ਹਾਂ ਜੋ ਬੰਬ ਨੂੰ ਮਾ ਚੀਜ਼ ਮਿਲੀ ਹੈ ਇੱਕ ਖੱਡੇ ਦੇ ਵਿੱਚ ਅੰਦਰ ਲਫਾਫੇ ਦੇ ਵਿੱਚ ਲਪੇਟੀ ਹੋਈ ਹੈ ਚੀਜ਼ ਪਾਈ ਦੱਸੋ ਦੱਸੀ ਜਾ ਰਹੀ ਹੈ ਇਹ ਉਹ ਬੰਬ ਹੈ ਜਿਸ ਨੇ ਕਿ ਵੱਡਾ ਧਮਾਕਾ ਕਰ ਦੇਣਾ ਸੀ ਜੇਕਰ ਇਹ ਬੰਬ ਫਟ ਜਾਂਦਾ ਤਾਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਣ ਦਾ ਖਤਸ਼ਾ ਜਤਾਇਆ ਜਾ ਰਿਹਾ ਸੀ ਇਹ ਬੰਬ ਨੂਮਾ ਚੀਜ਼ ਮੇਨ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈ ਜਾ ਰਿਹਾ ਇਹ ਉਹ ਖੱਡਾ ਹੈ ਜੋ ਕਿ ਪਾਈਪਲਾਈਨ ਵਿਛਾਉਣ ਦੇ ਲਈ ਪੁੱਟਿਆ ਗਿਆ ਜਦੋਂ ਪਾਈਪਲਾਈਨ ਵਿਛਾਉਣ ਦੇ ਲਈ ਖੱਡਾ ਪੁੱਟਿਆ ਜਾ ਰਿਹਾ ਸੀ ਤਾਂ ਉਸ ਵੇਲੇ ਅੰਦਰ ਇਹ ਬੰਬ ਪਿਆ ਮਿਲਿਆ ਦੱਸਿਆ ਜਾਂਦਾ ਹੈ ਕੇ ਅੰਦਰ ਇੱਕ ਬੰਬ ਖੱਡੇ ਦੇ ਵਿੱਚ ਬਰਾਬਦ ਹੁੰਦਾ ਪਹਿਲਾਂ ਤਾਂ ਜੋ ਮਜ਼ਦੂਰ ਖੱਡਾ ਪੁੱਟਰੇਸਨ ਉਹ ਦੇਖ ਕੇ ਡਰ ਜਾਂਦੇ ਨੇ ਸਹਿਮ ਚੰਦ ਨੇ ਨੇੜੇ ਦੇ ਲੋਕਾਂ ਨੂੰ ਦੱਸਿਆ ਜਾਂਦਾ ਮੌਕੇ ਤੇ ਪਿੰਡ ਦੇ ਇੱਕ ਸਾਬਕਾ ਫੌਜੀ ਨੂੰ ਸੱਦਿਆ ਜਾਂਦਾ ਤਾਂ ਜੋ ਪਤਾ ਚੱਲ ਸਕੇ ਕਿ ਅਖਰ ਇਹ ਚੀਜ਼ ਹੈ ਕੀ ਜਦੋਂ ਸਾਬਕਾ ਫੌਜੀ ਮੌਕੇ ਤੇ ਪਹੁੰਚਦਾ ਤਾਂ ਲੋਕ ਦੱਸਦੇ ਨੇ ਕਿ ਸਾਬਕਾ ਫੌਜੀ ਪੁਸ਼ਟੀ ਕਰ ਦਿੰਦਾ ਹੈ ਕਿ ਬੰਬ ਹੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਵੱਡੀ ਗਿਤੀ ਚ ਕਰਮਚਾਰੀ ਮੌਕੇ ਤੇ ਪਹੁੰਚਦੇ ਨੇ ਇਲਾਕਾ ਸੀਲ ਕਰ ਦਿੱਤਾ ਜਾਂਦਾ ਹੈ ਬੰਬਸਕਵੈਡ ਦੀ ਟੀਮ ਫਿਲਹਾਲ ਮੌਕੇ ਤੇ ਸੱਦੀ ਗਈ ਦੱਸੀ ਜਾ ਰਹੀ ਹੈ ਬੰਬਸਕਵੈਡ ਮੌਕੇ ਤੇ ਸੱਦ ਲਿਆ ਗਿਆ ਤਾਂ ਜੋ ਇਹ ਬੰਬ ਨਸ਼ਟ ਕੀਤਾ ਜਾ ਸਕੇ ਜੋ ਵੱਡੇ ਪੱਧਰ ਤੇ ਧਮਾਕਾ ਹੋ ਸਕਦਾ ਸੀ ਵੱਡਾ ਬਲਾਸਟ ਹੋ ਸਕਦਾ ਸੀ ਉਸ ਤੇ ਕਾਬੂ ਪਾਇਆ ਜਾ ਸਕੇ ਕਾਝਾ ਜਹਰ ਕੀਤਾ ਜਾ ਰਿਹਾ ਹੈ ਕਿ ਬੰਬ ਇਨਾ ਜ਼ਿਆਦਾ ਜ਼ਬਰਦਸਤ ਬਲਾਸਟ ਕਰ ਸਕਦਾ ਸੀ ਕਿ ਕਾਫੀ ਵੱਡੇ ਪੱਧਰ ਤੇ ਨੁਕਸਾਨ ਆ ਜਾ ਸਕਦਾ ਸੀ ਇਹ ਪੂਰੇ ਦਾ ਪੂਰਾ ਇਲਾਕਾ ਫਿਲਹਾਲ ਜੋ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਜ਼ਿਲ੍ਹਾ ਤਰਨਤੰਦ ਦੇ ਦੀਨੋਂ ਦੇ ਕਸਬਾ ਪਿੱਖੀਵਿੰਡ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਕਿਉਂਕਿ ਇਲਾਕਾ ਪੂਰਾ ਸੀਲ ਕਰ ਦਿੱਤਾ ਗਿਆ ਖੇਮਕਰਨ ਰੋਡ ਦੇ ਉੱਤੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਬੰਬ ਨੂੰ ਮਚੀਸ ਵਲੀਆ ਲੋਕਤਾ ਵੀ ਦੱਸਦੇ ਨੇ ਸਥਾਨਕ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਇਹ ਬੰਬ ਨੂਮਾ ਚੀਜ਼ ਇਸ ਲਈ ਜਿਆਦਾ ਵੱਡੇ ਪੱਧਰ ਤੇ ਨੁਕਸਾਨ ਕਰ ਸਕਦੀ ਸੀ ਕਿਉਂਕਿ ਇਹ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ ਸੀ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਤਮਾਕਾ ਹੁੰਦਾ ਤਾਂ ਪੈਟਰੋਲ ਪੰਪ ਦੇ ਨਜ਼ਦੀਕ ਹੋਣ ਦੇ ਕਾਰਨ ਵੱਡਾ ਬਲਾਸਟ ਹੋ ਸਕਦਾ ਸੀ ਵੱਡਾ ਤਮਾਕਾ ਹੋ ਸਕਦਾ ਸੀ ਵੱਡੇ ਪੱਧਰ ਤੇ ਨੁਕਸਾਨਿਆਜ ਨੁਕਸਾਨ ਦਾ ਅਦਾਜਾ ਲਗਾਇਆ ਜਾ ਰਿਹਾ ਸੀ ਖਲਸ਼ਾ ਜ਼ਾਹਰ ਕੀਤਾ ਜਾ ਰਿਹਾ ਅਸੀਂ ਇਸ ਮਾਮਲੇ ਦੇ ਵਿੱਚ ਸਥਾਨਕ ਲੋਕਾਂ ਦੇ ਨਾਲ ਅਤੇ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਪੁਲਿਸ ਕਰਮਚਾਰੀਆਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਦਾ ਕੀ ਕਹਿਣਾ ਸੀ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸਹੀ ਬੰਮ ਮਿਲਿਆ ਕਿਦਾਂ ਕਿੰਨੇ ਇਤਲਾਹ ਦਿੱਤੀ ਹੈ ਫੌਜੀ ਹੋ ਗੋ ਸਾਫ ਦਾ ਕਦੋਂ ਦੀ ਗੱਲ ਹੈ 6 ਵਜੇ ਦੀ ਗੱਲ ਹੈ ਤੜਕੇ ਹਾਂਜੀ ਤੇ ਸਾਢੇ 6 ਵਜੇ ਪੁਲਿਸ ਤੇ ਐਸ ਐਚਓ ਸਾਹਿਬ ਮੌਕਾ ਦੇਖ ਕੇ ਗਏ ਆ ਹਾਂਜੀ ਤੇ ਕੀ ਹੁਣ ਕ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਕਾਰਵਾਈ ਉਹ ਜਿਹੜੇ ਬੰਬ ਸੋਪ ਵਾਲੇ ਉਹ ਆਉਂਦੇ ਪਹੁੰਚ ਰਹੇ ਅੱਛਾ ਤੇ ਬੰਬ ਮਿਲਿਆ ਕਿਸ ਤਰ੍ਹਾਂ ਕੋਈ ਟੋਆ ਵਗੈਰਾ ਖੁਦਾਈ ਵਗੈਰਾ ਕੀਤੀ ਜਾ ਰਹੀ ਹੈ ਹਾਂ ਜੀ ਖੁਦਾਈ ਜਿਹੜੀ ਚੱਲ ਰਹੀ ਹੈ ਕਾਹਦਾ ਕਦੀ ਖੁਦਾਈ ਕੀਤੀ ਜਾ ਰਹੀ ਹੈ ਜੀ ਜੀ ਸਾਰ ਪਾਉਂਦੇ ਨੇ ਹੰਡਰ ਨੂੰ ਅੱਛਾ ਸੜਕ ਦੇ ਜਿਹੜੀ ਕਿਨਾਰੇ ਪੈਂਦੀ ਆ ਤੇ ਉਹਨਾਂ ਜਾਣਕਾਰੀ ਦਿੱਤੀ ਜਾਂ ਕਿਸੇ ਇਥੋਂ ਪਬਲਿਕ ਪਬਲਿਕ ਦੇ ਪਸਾਰ ਰਾਇਰ ਅੱਛਾ ਉਹਨੇ ਉਹਨਾਂ ਨੇ ਤੇ ਹੁਣ ਇਹਨੂੰ ਬੰਬ ਸਕਵਡ ਵਾਲੇ ਬਗਾਇਆ ਹੈ ਪੰਮ ਮਿਲਿਆ ਕਿਦਾਂ ਕਿੰਨੇ ਤਲਾ ਦਿੱਤੀ ਹੈ ਫੌਜੀ ਹੂ ਸਾਫ ਦਾ ਕਦੋਂ ਦੀ ਗੱਲ ਹੈ 6 ਵਜੇ ਦੀ ਗੱਲ ਹੈ ਤੜਕੇ ਹਾਂਜੀ ਤੇ ਸਾਢੇ 6 ਵਜੇ ਤੇ ਐਸ ਐਚਓ ਸਾਹਿਬ ਮੌਕਾ ਦੇ ਕੇ